ਕਿੱਦਾਂ ਇੱਥੇ ਰਾਵੀ ਦਰਿਆ ਅਤੇ ਇੱਥੇ ਮੱਛੀਆਂ ਵੀ ਕਹਿੰਦੇ ਬਹੁਤ ਨਜ਼ਰ ਆ ਰਹੀਆਂ ਇੱਥੇ ਨਜ਼ਦੀਕ। ਵੈਸੇ ਰਿਕਾਰਡਿੰਗ ਦੇ ਵਿੱਚ ਨਹੀਂ ਆ ਰਹੀਆਂ, ਉਹ ਸਾਹਮਣੇ ਪੱਥਰ ਜੇ ਦੇ ਕੋਲ ਪੂਰਾ ਉਹਨਾਂ ਦਾ ਝੁੰਡ ਹੈ। ਅਤੇ ਜਿਹੜੀ ਬਸੋਲੀ ਤੋਂ ਸੜਕ ਇੱਥੇ ਰਾਵੀ ਦਰਿਆ ਕੋਲ ਆਉਂਦੀ ਹੈ, ਇਹ ਪੁਰਥੂ ਬੀਚ ਹੈ, ਮਿੰਨੀ ਗੋਆ ਕਹਿੰਦੇ ਆ ਇਹਨੂੰ ਜੇ ਐਂਡ ਕੇ ਦਾ। ਮੈਂ ਕਹਿੰਦਾ ਮੌਸਮ ਬਹੁਤ ਜ਼ਬਰਦਸਤ, 29 ਜੁਲਾਈ ਅੱਜ 2019। ਅਤੇ ਆ ਸੜਕ ਐਂਟਰ ਕਰਦੀ ਹੈ ਜੀ ਦਰਿਆ ਦੇ ਵਿੱਚ, ਇਹ ਸੜਕ। ਅਤੇ ਇਹ ਉਹ ਸਾਹਮਣੇ ਉਹ ਵਾਈਟ ਕਲਰ ਦੀ ਆ ਰਹੀ ਹੈ ਗੱਡੀ, ਇਹ ਸਿੱਧੀ ਬਸੋਲੀ ਤੋਂ ਆ ਰਹੀ ਹੈ ਗੱਡੀ। ਅਤੇ ਉਹ ਯੈਲੋ ਕਲਰ ਦੀ ਉੱਥੇ ਬੋਟ ਖੜ੍ਹੀ ਹੈ, ਅਤੇ ਜੇ ਹੁੰਦੇ ਉਹ ਉਹਨਾਂ ਦੇ ਚਲਾਉਣ ਵਾਲੇ ਬੋਟ ਨੂੰ ਤਾਂ ਫਨ ਹੋ ਜਾਣਾ ਸੀਗਾ ਦਰਿਆ ਦੇ ਵਿੱਚ। ਅਤੇ ਉਹ ਸਾਹਮਣੇ ਰੇਹੜੀ ਲੱਗੀ ਹੈ, ਇਹ ਮੁੰਡਾ ਖਾਣ ਪੀਣ ਦਾ ਸਾਰਾ ਸਮਾਨ ਰੱਖ ਕੇ ਬੈਠਾ ਇੱਥੇ, ਇਹਨੂੰ ਅਸੀਂ ਔਡਰ ਦੇ ਦਿੱਤਾ ਥੋੜ੍ਹਾ ਜਿਹਾ, ਅਤੇ ਸਮਾਨ ਲੈ ਕੇ ਆਊਗਾ। ਸਵੇਰੇ ਨਾਸ਼ਤਾ ਕੀਤਾ ਨਹੀਂ ਸੀਗਾ, ਚਾਹ ਪੀਤੀ ਟਾਂਗਰਾਂ ਨਾਲ, ਅਤੇ ਬਹੁਤ ਹੀ ਮੈਂ ਕਹਿੰਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਉਹ ਲਾਓ ਬੜਾ ਬੂ ਚੱਕ ਦਿਓ ਬਾਈ, ਬੇਸਾਂ ਚੱਕ ਦਿਓ, ਉਹ ਅੰਮ੍ਰਿਤਮਾਨ ਵਾਲਾ ਲਾਓ, ਅਤੇ ਉਹ ਚਾਦਰਾਂ ਉਛਾਤੀਆਂ ਆਹ ਪਿਕਨਿਕ ਮਨਾਉਣ ਲਈ। ਅਤੇ ਵੈਦਰ ਤੁਸੀਂ ਆਹ ਦੇਖ ਲਓ ਉੱਪਰ, ਮੈਂ ਕਹਿੰਦਾ ਜੀ ਤਨ ਤਨ ਕਰਾਏ ਵੀ ਹਲਕੀ ਹਲਕੀ ਬੂੰਦਾਂ ਪਾਉਂਦੀ, ਬਿਲਕੁਲ ਹਲਕੀ ਹਲਕੀ, ਮਨ ਨੂੰ ਮੰਤਰ ਮੁਗਧ ਕਰਦੀ ਹੋਈ। ਹਾਂਜੀ ਕਿੱਦਾਂ ਜੀ ਨਾ ਲੈ ਰਹੇ ਹੋ, ਪੂਰਾ ਲੁਤਫ ਲੈ ਰਹੇ ਹੋ, ਅਤੇ ਬਹੁਤ ਹੀ ਸ਼ਾਨਦਾਰ ਜੀ। ਅਤੇ ਇੱਥੋਂ ਜੇ ਉਹ ਨਿਗਾਹ ਮਾਰੀਏ ਅਤੇ ਆਹ ਹੁਣ ਜਿਸ ਜਗ੍ਹਾ 'ਤੇ ਉੱਥੇ ਦੋ ਪਿੱਲਰ ਨੇ, ਉਹ ਅਟਲ ਸੇਤੂ ਬਸੋਲੀ ਬ੍ਰਿਜ, ਬਹੁਤ ਸੋਹਣੀ ਜਗ੍ਹਾ, ਮੈਂ ਕਹਿੰਦਾ ਬਿਆਨ ਤੋਂ ਪਰੇ। ਅਤੇ ਪੰਜਾਬ ਵਾਲਿਆਂ ਨੂੰ ਹਜੇ ਇੰਨਾ ਨਹੀਂ ਪਤਾ ਇਸ ਜਗ੍ਹਾ ਦਾ, ਅਤੇ ਹਾਂ ਜ਼ਰੂਰ ਪਤਾ ਲੱਗਣ ਲੱਗ ਪਿਆ ਤਾਂ ਨਿਸ਼ਚਿਤ ਤੌਰ 'ਤੇ ਗੰਦ ਇੱਥੇ ਪਏਗਾ ਹੀ ਪਏਗਾ, ਖਲਾਰਾ ਪੈਣਾ ਹੀ ਪੈਣਾ ਜਿਵੇਂ ਅੱਜ ਅਸੀਂ ਪਾਉਣਾ। ਚਲੋ ਠੀਕ ਹੈ ਜੀ।